ਕੀ ਬਣ ਰਹੀ ਹੈ ਅਤੇ ਦਫ਼ਤਰ ਦੇ ਵਿੱਚ ਪਹੁੰਚਣ ਦੇ ਵਿੱਚ ਵੀ ਉਹਨਾਂ ਦੇ ਵਿੱਚ ਦੇਸ਼ ਹੈ ਇਸੀ ਹੈ ਪਹੁੰਚਣ ਦਾ ਕੰਮ ਮਿਲਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਸ਼ੁਕਰ ਉਸ ਮਾਲਕ ਦਾ ਕਿ ਜਿਹਨੇ ਇੰਨੀ ਕਿਰਪਾ ਕੀਤੀ ਔਰ ਸਾਡੇ ਪਾਲਤੀ ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਇੰਨਾ ਵਿਸ਼ਵਾਸ ਔਰ ਇੰਨਾ ਦਇਆ ਕੀਤੀ ਕਿ ਮੈਨੂੰ ਇੱਕ ਆਮ ਜਿਹੇ ਘਰ ਦੇ ਮੁੰਡੇ ਨੇ ਪਹਿਲਾਂ MLA ਬਣਾਇਆ ਹੁਣ ਮਿਨਿਸਟਰ ਬਣਾਇਆ ਸੋ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਅਤੇ ਹਾਈ ਕਮਾਂਡ ਦਾ ਸਾਰੀ ਹਾਈ ਕਮਾਂਡ ਦਾ ਜਿਹਨੂੰ ਧੰਨਵਾਦ ਕਰਦਾ ਕਿ ਇਸ ਨਿਮਾਣੇ ਨੂੰ ਇੰਨਾ ਮਾਣ ਬਖਸ਼ਿਆ ਅਤੇ ਮੈਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗਾ ਜਿਵੇਂ ਜਿੰਨੀਆਂ ਉਮੀਦਾਂ ਤੁਹਾਨੂੰ ਇਸ ਭਰਾ ਤੋਂ ਉਸ ਤੋਂ ਕਈ ਗੁਣਾ ਵੱਧ ਖਰਾ ਉਤਰਾਂਗਾ ਹਾਈ ਕਮਾਂਡ ਤੋਂ ਮੈਂ ਇਹੀ ਬੇਨਤੀ ਕਰਦਾ ਕਿ ਜਿੰਨਾ ਤੁਸੀਂ ਮਾਣ ਬਖਸ਼ਿਆ ਜਿੰਨਾ ਤੁਸੀਂ ਇਸ ਨਿਮਾਣੇ 'ਤੇ ਕਿਰਪਾ ਕੀਤੀ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਾਂਗਾ ਪੂਰੇ ਪਰਿਵਾਰ ਦੀ ਗਰੰਟੀ ਲੈਂਦਾ ਕਿ ਪੂਰੇ ਪਰਿਵਾਰ ਇਮਾਨਦਾਰੀ ਨਾਲ ਪਾਰਟੀ ਦੀ ਸੇਵਾ ਅਤੇ ਪੰਜਾਬ ਦੀ ਸੇਵਾ ਇਮਾਨਦਾਰ ਲੈਂਦਾ ਦੇਖੋ ਪਹਿਲਾਂ ਵੀ ਹਲਕੇ ਦੇ ਸੇਵਾਦਾਰ ਸੀ ਸ਼ੁਰੂਆਤ ਸੇਵਾ ਤੋਂ ਹੋਈ ਅਤੇ ਹੁਣ ਹਲਕੇ ਦੀ ਸੇਵਾ ਤੋਂ ਵੱਧ ਕੇ ਪਰਮਾਤਮਾ ਨੇ ਕਿਰਪਾ ਕੀਤੀ ਹਾਈਕਮਾਂਡ ਨੇ ਕਿਰਪਾ ਕੀਤੀ ਪੂਰੇ ਪੰਜਾਬ ਦੀ ਸੇਵਾ ਮਿਲੀ ਹੈ ਅਤੇ ਉਹ ਵੀ ਸੇਵਾ ਹੀ ਹੈ ਜਦੋਂ ਸੋਚ ਸੇਵਾਦਾਰ ਵਾਲੀ ਹੋਵੇ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਵੀ ਨਿਮਾਣੇ ਬਣ ਕੇ ਨਿਭਾਈ ਜਾ ਸਕਦੀ ਹੈ ਸੋ ਮੈਨੂੰ ਪਰਮਾਤਮਾ 'ਤੇ ਵਿਸ਼ਵਾਸ ਹੈ ਮੈਨੂੰ ਹਾਈਕਮਾਂਡ 'ਤੇ ਵਿਸ਼ਵਾਸ ਹੈ ਅਤੇ ਪੂਰੀ ਇਮਾਨਦਾਰੀ ਮੇਰੀ ਦੇਖਦੇ ਜੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹਨਾਂ ਨੂੰ ਵੀ ਪਤਾ ਕਿ ਇਹ ਮੇਰੇ 'ਤੇ ਕਿਰਪਾ ਕਰਨਗੇ ਅਤੇ ਮੈਂ ਪੂਰੇ ਪੰਜਾਬ ਨੂੰ ਪੂਰੀ ਇਮਾਨਦਾਰੀ ਨਾਲ ਸੇਵਾ ਲਿਆ ਦੇਖੋ 17-75 ਸਾਲਾਂ 'ਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਇੰਨੇ ਕੰਮ ਨਹੀਂ ਕੀਤੇ ਜਿੰਨੇ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ 2-2.5 ਸਾਲਾਂ 'ਚ ਕੀਤੇ ਆਉਣ ਵਾਲੇ 2-2.5 ਸਾਲ ਬਾਕੀ ਹੈ ਬਹੁਤ ਬੇਅੰਤ ਕੰਮ ਪੰਜਾਬ ਨੂੰ ਮੁੜ ਪੰਜਾਬ ਬਣਾਉਣ 'ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਆ ਉਹਨਾਂ ਦਾ ਸੁਪਨਾ ਪੰਜਾਬ ਰੰਗਲਾ ਪੰਜਾਬ ਹੋਵੇ ਅਤੇ ਪਰਮਾਤਮਾ ਅੱਗੇ ਅਰਦਾਸ ਕਰਕੇ ਹਰ ਰੋਜ਼ ਇਹੀ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਸਾਡਾ ਪੰਜਾਬ ਜਲਦੀ ਰੰਗਲਾ ਪੰਜਾਬ ਹੋਵੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਵ ਦੀ ਲਹਿਰ ਨਾਲ ਵੋਟਾਂ ਪਾਈਆਂ ਸੀ ਅਤੇ ਅਸੀਂ ਉਸ ਇਮਾਨਦਾਰੀ ਨਾਲ ਪੰਜਾਬ ਨੂੰ ਮੁੜ ਪੰਜਾਬ ਬਣਾਉਣ 'ਤੇ ਲੱਗੇ ਹੋਏ ਹਾਂ ਅਤੇ ਪੂਰੀ ਪਰਮਾਤਮਾ 'ਤੇ ਵਿਸ਼ਵਾਸ ਹੈ ਆਸ ਹੈ ਪਰਮਾਤਮਾ 'ਤੇ ਕਿ ਪੰਜਾਬ ਨੂੰ ਮੁੜ ਪੰਜਾਬ ਬਣਾਉਣਗੇ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਆ ਅਤੇ ਅਸੀਂ ਵੀ ਪੂਰੇ ਨਿਮਾਣੇ ਬਣ ਕੇ ਲੋਕਾਂ ਦੇ ਵਿੱਚ ਰਹਿ ਕੇ ਸੇਵਾਦਾਰ ਬਣ ਕੇ ਲੋਕਾਂ ਦੇ ਨੌਕਰ ਬਣ ਕੇ ਇਹ ਸੇਵਾ ਕਰਦੇ ਹਾਂ ਦੇਖੋ ਅਸੀਂ 13 MLA ਲੁਧਿਆਣੇ ਦੇ 14ਵਾਂ ਸਾਡਾ ਹਲਕਾ ਇੰਚਾਰਜ ਸਾਹਿਬ ਸਾਰੇ 14 ਦੇ 14 ਪੂਰੀ ਇਮਾਨਦਾਰੀ ਨਾਲ ਸੇਵਾ ਕਰ ਰਹੇ ਸੋ ਆਉਣ ਵਾਲੇ ਦਿਨਾਂ 'ਚ ਬਹੁਤ ਵਿਕਾਸ ਕਰਾਵਾਂਗੇ ਲੁਧਿਆਣੇ ਦੇ ਲੋਕਾਂ ਨਾਲ ਮੈਂ ਵਾਅਦਾ ਕਰਦਾ ਕਿ ਜਿੱਥੇ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਅਤੇ ਲੁਧਿਆਣੇ ਦੀ ਵੀ ਕੋਈ ਵੀ ਅੱਜ ਤੱਕ ਕੋਈ ਵੀ ਕਮੀ ਕਿਸੀ ਰਹਿ ਗਈ ਹੋਵੇ ਹੁਣ ਤੋਂ ਹਰ ਕੰਮ ਲੁਧਿਆਣੇ 'ਤੇ ਕਰਾਵਾਂਗੇ ਕਿਉਂਕਿ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਲੁਧਿਆਣੇ ਨੂੰ ਵੈਸੇ ਹੀ ਪਿਆਰ ਕਰਦੇ ਆ ਕਿ ਮੈਂ ਤਾਂ ਹਲਕੇ ਵਾਸਤੇ ਅੱਜ ਤੱਕ 325 ਕਰੋੜ ਰੁਪਈਆ ਲਿਆ ਕੇ ਹਲਕੇ 'ਚ ਲਗਾਇਆ ਅਤੇ ਆਉਣ ਵਾਲੇ ਦਿਨਾਂ 'ਚ ਲੁਧਿਆਣੇ ਸ਼ਹਿਰ ਵਾਸਤੇ ਮੁੱਖ ਮੰਤਰੀ ਸਾਹਿਬ ਨਾਲ ਬੇਨਤੀ ਕਰਕੇ ਕਿ ਲੁਧਿਆਣੇ ਨੂੰ ਵਧੀਆ ਲੁਧਿਆਣਾ ਜਿੱਥੇ ਪੰਜਾਬ ਹੁਣ ਪੰਜਾਬ ਬਣ ਜਾ ਰਿਹਾ ਅਤੇ ਲੁਧਿਆਣਾ ਵੀ ਰੰਗਲੇ ਪੰਜਾਬ ਦਾ ਇੱਕ ਮੇਨ ਹਿੱਸਾ ਹੈ। ਹਾਂਜੀ ਮੈਂ ਗੁਰਦੁਆਰਾ ਕਟਾਉਣਾ ਸਾਹਿਬ ਜਾ ਰਿਹਾ ਜੀ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਹੋਈ ਉੱਥੇ
ਮੱਥਾ ਟੇਕਣ ਜਾ ਰਹੇ ਅਤੇ ਪਰਮਾਤਮਾ ਦੇ ਆਸ਼ੀਰਵਾਦ ਲੈਣ ਜਾ ਰਹੇ ਅਤੇ ਨਾਲ ਅਰਦਾਸ ਕਰਨ ਜਾ ਰਹੇ ਹਾਂ ਪਰਮਾਤਮਾ ਸਰਬੱਤ ਦਾ ਭਲਾ ਕਰੀ ਔਰ ਇੰਨੀ ਕਿਰਪਾ ਕਰੀ ਕਿ ਪੂਰੀ ਇਮਾਨਦਾਰੀ ਨਾਲ ਨਿਮਾਣਾ ਬਣ ਕੇ ਲੋਕਾਂ ਦੇ ਚਰਨਾਂ 'ਚ ਰਹਿ ਕੇ ਮੈਂ ਸੇਵਾ ਕਰ ਸਕਾਂ ਅਤੇ ਸਦਾ ਹੀ ਮੇਰੇ ਸਿਰ 'ਤੇ ਗੁਰੂ ਸਾਹਿਬ ਹੱਥ ਨਾਲ ਹੱਥ ਰੱਖੇ। ਧੰਨਵਾਦ।